ਕਿਨ ਵਿਅਕਤੀ ਪਤਾ ਦਾ ਮੈਂ ਤੁਹਾਡੇ ਸਾਰਿਆਂ ਵੱਲੋਂ ਮੈਨੂੰ ਪਤਾ ਹੈ ਤੁਹਾਡਾ ਹੀ ਦਿਲ ਚ ਮੈਂ ਦਿਲ ਦੀਆਂ ਸਮਝਦਾ ਵੀ ਇਹਨੂੰ ਤਾਂ ਕੁਛ ਕਰਾ ਦੋ ਵੀ ਹੈ ਨਾ ਸਮਝ ਗਏ ਨਾ ਸਾਰੇ ਮੈਨੂੰ ਪਤਾ ਮੈਂ ਜਾਣ ਲੈਣਾ ਮੈਂ ਨਾ ਉੱਠ ਲਾ ਲਿਆ ਐਂ ਜਾਣ ਨਹੀਂ ਦਿੰਦੇ ਹੁਣ ਅਸੀਂ ਹੈੱਡ ਕਾਂਸਟੇਬਲ ਉਹ ਬੈਠੀ ਹੈ ਥਾਣਾ ਨੂੰ ਮੈਂ ਸਵੇਰੇ ਆਪਣਾ ਅਸੀਂ ਲੱਗੇ ਸਾਂ ਪਰੌਂਠੇ ਖਾਣ ਤੇ ਕਹਿੰਦੇ ਨਹੀਂ ਸਭ ਤੋਂ ਪਹਿਲਾਂ ਸੇਵਾ ਉਸ ਚੱਕਰ ਚ ਮੈਂ ਭੁੱਖਾ ਵੀ ਰਹਿ ਗਿਆ ਹੁਣ ਤਾਂ ਇੰਨੀਆਂ ਸਜਰੀਆਂ ਗੱਲਾਂ ਹੋਈਆਂ ਏਦਾਂ ਵਧੀਆ ਪ੍ਰੈਕਟੀਕਲ ਜਿਹੜੀ ਮੈਨੂੰ ਮੈਂ ਮੈਥੋਂ ਨਹੀਂ ਬੋਲਿਆ ਜਾਂਦਾ ਕਿਉਂਕਿ ਮੇਰਾ ਕੰਮ ਸਿੰਗਿੰਗ ਦਾ ਹੈਗਾ ਇੱਕ ਪਿੰਡ ਚ ਨਾ ਅੱਗ ਲੱਗ ਗਈ ਸੀ ਤੇ ਕਬੂਤਰ ਤੇ ਕਾਂ ਬੈਠੇ ਸੀ ਖੰਭੇ ਤੇ ਲੋਕੀ ਅੱਗ ਬੁਝਾ ਰਹੇ ਸੀ ਬਾਲਟੀਆਂ ਭਰ ਭਰ ਕੇ ਪਾਣੀ ਦੀਆਂ ਤੇ ਕਬੂਤਰ ਵੀ ਆਪਣੀ ਚੋਂਚ ਚ ਨਾ ਪਾਣੀ ਭਰ ਕੇ ਤੇ ਸੁੱਟਣ ਲੱਗ ਪਿਆ ਤੇ ਕਾਂ ਹੱਸ ਪਿਆ ਕਹਿੰਦਾ ਤੇਰੀ ਚੋਂਚ ਚ ਪਾਣੀ ਕਿੰਨਾ ਹੁੰਦਾ ਜਿਹੜਾ ਤੂੰ ਅੱਗ ਬੁਝਾ ਲਊਗਾ ਕਹਿੰਦਾ ਜਦੋਂ ਅੱਗ ਬੁਝੇਗੀ ਤੇ ਲੋਕੀ ਇਹ ਨਹੀਂ ਕਹਿਣਗੇ ਕਿ ਬੈਠ ਕੇ ਤਮਾਸ਼ਾ ਦੇਖ ਰਿਹਾ ਸੀ ਪੂਰਾ 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 ਕਰਕੇ ਜਿੱਦਾਂ ਤੁਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਜੀ ਮੇਰੇ ਮਿੱਤਰ ਵੀ ਜੇ ਸਾਰੇ ਮਨੁੱਖਤਾ ਦੇ ਮਿੱਤਰ ਜੇ ਸਾਰੇ ਦੇ ਭਰਾ ਸਾਰੇ ਦੇ ਪੁੱਤ ਅਤੇ ਫਿਰ ਸੋਚਦੇ ਹੋਣੇ ਕਿ ਗਾਉਂਦਾ ਤਾਂ ਹੈ ਨਹੀਂ ਏਦਾਂ ਹੀ ਕਥਾ ਸੁਣਾਈ ਜਾਂਦੇ ਆ ਨਹੀਂ ਇੱਥੇ ਹੁਣ ਮੈਂ ਕੀ ਸੁਣਾ ਅੱਜ ਮੇਰਾ ਜੀ ਕਰਦਾ ਰੱਬਾ ਰੱਬਾ ਮੀ ਬਰਸਾ ਸਾਡੀ ਕੋਠੀ ਦਾਣੇ ਪਾ ਰੱਬਾ ਰੱਬਾ ਮੀ ਬਰਸਾ ਸਾਡੀ ਕੋਠੀ ਦਾਣੇ ਪਾ ਕਾਵਾ 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 ਕੇ ਅੱਜ ਮੇਰਾ ਜੀ ਕਰਦਾ ਕਿ ਅੱਜ ਮੇਰਾ ਜੀ ਕਰਦਾ ਮੈਂ ਖੁਸ਼ੀਆਂ ਵੰਡਦਾ ਜਾਵਾਂ ਹੋ ਕਹਾਵਾ ਕਹਾਵਾ ਕਾਵਾ ਕਹਾਵਾ ਕਹਾਵਾ ਕਾਵਾ ਰੱਬਾ ਰੱਬਾ ਮੀ ਬਰਸਾ ਸਾਡੀ ਕੋਠੀ ਦਾਣੇ ਬਾ ਚੱਕ ਦਿੰਦੇ ਇੱਥੇ ਦੋ ਤਿੰਨ ਪਰੌਂਠੇ ਤੇ ਅੰਦਰ ਜਾਣੇ ਚਾਹੀਦੇ ਮੈਂ ਸਵੇਰ ਤੋਂ ਪਾਣੀ ਦਾ ਇਹ ਸਰਕਾਰ ਨਾ ਖਾਂਦੀ ਨਾ ਖਾਣ ਦਿੰਦੀ ਆਪ ਵੀ ਬ੍ਰੇਕਫਾਸਟ ਦਿੰਦੇ ਮੇਰੇ ਸਾਹਮਣੇ ਦੀ ਗੱਲ ਹੈ ਲੱਗਣ ਲੱਗਿਆ ਸੀ ਨਾ ਕਹਿੰਦੇ ਉੱਥੇ ਸੇਵਾ ਤੇ ਜਾਣਾ ਨਾ ਮੈਨੂੰ ਐਵੇਂ ਇਮਤਿਹਾਨ ਤੋਂ ਬਾਅਦ ਦਾਦਾ ਕੁਛ ਕਰੀਏ ਜੋ ਅੱਜ ਹੋ ਰਿਹਾ ਕੁਛ ਕਰੀਏ ਨਸ ਨਸ ਮੇਰੀ ਖੋਲੇ ਅਬ ਕੁਛ ਕਰੀਏ ਬਸ ਬਸ ਬੜਾ ਬੋਲੇ ਅਬ ਕੁਛ ਕਰੀਏ ਕੋਈ ਤੋ ਚੱਲ ਜ਼ਿੱਦ ਫੜੀਏ ਡੂਬੇ ਤਰੀਏ ਜਾਂ ਮਰੀਏ ਕੋਈ ਤੋ ਚੱਲ ਜ਼ਿੱਦ ਫੜੀਏ ਡੂਬੇ ਤਰੀਏ ਜਾਂ ਮਰੀਏ ਚੱਕਦੇ ਇੰਡੀਆ ਚੱਕਦੇ ਇੰਡੀਆ ਤੁਸੀਂ ਇਹਨਾਂ ਦੀਆਂ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਤੁਸੀਂ ਇਹਨਾਂ ਦੀਆਂ ਖੁਸ਼ੀਆਂ ਨੂੰ ਦੁੱਗਣਾ ਕੀਤਾ ਇੱਕ ਵਾਰੀ ਸੁਖਵਿੰਦਰ ਦੇ ਨਾਂ ਤੇ ਸੁਖਵਿੰਦਰ ਜੀ